मोदी बे जागो आइए सीधियां गल्लां ते लग जावे जागो आइए कैप्टन बे जागो आइए। केंद्र सरकार वालों लिया गए खेती कानून के विरोध में पंजाब भर में किसानों वालों प्रधानमंत्री नरेंद्र मोदी के कारपोरेट घराने खिलाफ विरोध प्रदर्शन किए जा रहे हैं। संगरूर के सुनाम में भी अज किसानों वालों रिलायंस पेट्रोल पंप के विरोध प्रदर्शन किया गया जिस विच की औरतों ने भी वध चढ़ के हिस्सा लिया। इस दौरान एक 85 साल बुजुर्ग औरत ने अपने ही अंदाज में जागो गा के प्रधानमंत्री मोदी और कैप्टन सरकार खिलाफ अपना गुस्सा प्रगट किया। दूध नहीं मांगती पुत नहीं मांग तेरी पुठिया गल्ला तो आई है बे जागो आई है मोदी बे जागो आई है सीधिया गल्ला ते लग जावे जागो आई है कैप्टन बे जागो आई है दूध नहीं मांगती पुत नहीं मांग तेरी पुठिया गल्ला ਉੱਥੇ ਇਸ ਮੌਕੇ ਬੋਲਦਿਆਂ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਦੋਂ ਤੱਕ ਆਪਣਾ ਵਿਰੋਧ ਪ੍ਰਦਰਸ਼ਨ ਕਰਦੇ ਰਹਿਣਗੇ ਜਦੋਂ ਤੱਕ ਕਿ ਕੇਂਦਰ ਸਰਕਾਰ ਇਹਨਾਂ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ। ਪ੍ਰਦਰਸ਼ਨ ਜੀ ਸਾਡਾ ਇਹ ਹੈ ਜੋ ਇਹ ਮੋਦੀ ਸਰਕਾਰ ਐਡਿਨੈਸ ਲੈ ਕੇ ਆਈ ਹੈ ਅਸੀਂ ਇਹ ਐਡਿਨੈਸ ਨੂੰ ਵਾਪਸ ਮੋੜਨ ਦੇ ਇੱਥੇ ਜਾਈ ਸਾਡੀਆਂ ਜਾਨਾਂ ਲੱਗ ਜਾਣਾ ਚਾਹੇ ਕੋਈ ਰਿਲਾਇੰਸ ਦਾ ਪੰਪ ਹੈ ਚਾਹੇ ਕੋਈ ਬੈਂਕ ਨਾਲ ਜੁੜਿਆ ਹੋਇਆ ਹੈ ਚਾਹੇ ਕੋਈ ਟੂਲ ਪਲਾਜ਼ਾ ਹੈ ਅਸੀਂ ਉਹਨਾਂ 'ਤੇ ਮੋਰਚੇ ਪੱਕੇ ਲਾਵਾਂਗੇ ਚਾਹੇ ਸਾਨੂੰ ਮਹੀਨਾ ਬੈਠਣਾ ਪੈ ਜੇ ਚਾਹੇ ਸਾਨੂੰ 2 ਮਹੀਨੇ ਬੈਠਣਾ ਪੈ ਜੇ ਪਰ ਅਸੀਂ ਆਪਦੀਆਂ ਜ਼ਮੀਨਾਂ ਦੀ ਨਹੀਂ ਖੋਹਣ ਦੀ ਉਹ ਜਿਵੇਂ ਤਿਆਰੀ ਕਰਕੇ ਆਇਆ ਅਸੀਂ ਉਹਨੂੰ ਪੁੱਠਾ ਮੋੜ ਨਹੀਂ ਦੀ ਤਿਆਰੀ ਕਰਕੇ ਆਏ ਵੀ ਪੁੱਠਾ ਐਡਨੈਸ ਪੁੱਠਾ ਲਵੇ ਅਸੀਂ ਨਹੀਂ ਵੀ ਕਦੇ ਪਾਸ ਹੋਣ ਦੇਵਾਂਗੇ ਜੋ ਸਾਡੀ ਜ਼ਮੀਨ ਹੈ ਉਹ ਸਾਡੀ ਜਾਨ ਹੈ ਉਸ ਨਾਲ ਸਾਡਾ ਕਿੱਤਾ ਜੁੜਿਆ ਹੋਇਆ ਹੈ ਸਾਡੇ ਤਾਂ ਪੁੱਤਾਂ ਨੂੰ ਕਿਸੇ ਨੇ ਰਿਸ਼ਤਾ ਵੀ ਨਹੀਂ ਕਰਨਾ ਜੋ ਜੱਟ ਹੁੰਦਾ ਹੈ ਉਹ ਜ਼ਮੀਨ ਨਾਲ ਹੀ ਜੱਟ ਹੁੰਦਾ ਹੈ ਜ਼ਮੀਨ ਤੋਂ ਬਿਨਾਂ ਉਹ ਜੱਟ ਨਹੀਂ ਹੁੰਦਾ ਉਹ ਲਾਗੀ ਵੀ ਮੰਨਿਆ ਜਾਊਗਾ ਸਾਨੂੰ ਮਜ਼ਦੂਰੀ ਕਰਨੀ ਪਊਗੀ ਸਾਡੇ ਜੱਟ ਜ਼ਿਮੀਂਦਾਰਾਂ ਦੇ ਜਵਾਕ ਪੜ੍ਹ ਲਿਖ ਕੇ ਬੇਰੁਜ਼ਗਾਰ ਫਿਰਦੇ ਨੇ ਉਹ ਖੇਤੀ ਕਰਕੇ ਕੁਛ ਖਾ ਤਾਂ ਲੈਣਗੇ ਉਹਨਾਂ ਨੂੰ ਮੋਦੀ ਸਰਕਾਰ ਦਾ ਤਾਂ ਵੇਲਾ ਬੈਠਿਆ ਪਿਆ ਨਹੀਂ ਇਹਨਾਂ ਨੂੰ ਕੋਈ ਦਿੰਦਾ ਧੰਦਾ ਵਿਚਾਰਾਂ ਨੂੰ ਕੋਈ ਬੇਰੁਜ਼ਗਾਰ ਹੋਏ ਫਿਰਦੇ ਨੇ ਇਹਨਾਂ ਨੂੰ ਬੇਰੁਜ਼ਗਾਰੀ ਪੱਤਾ ਮਿਲੇ ਜੋ ਇਹਨਾਂ ਨੂੰ ਕੋਈ ਪੜ੍ਹੇ ਲਿਖੇ ਹਿਸਾਬ ਨਾਲ ਕੋਈ ਕੰਮ ਮਿਲੇ ਜੋ ਇਹ ਐਡੀਨੈਸ ਹੈ ਇਹ ਵਾਪਸ ਮੁੜੇ ਜਿੰਨਾ ਚਿਰ ਇਹ ਵਾਪਸ ਨਹੀਂ ਮੁੜੂਗਾ ਅਸੀਂ ਮੋਰਚਾ ਜਾਰੀ ਰੱਖਾਂਗੇ ਚਾਹੇ 2 ਮਹੀਨੇ ਲੱਗ ਜਾਣ ਚਾਹੇ ਮਹੀਨਾ ਲੱਗ ਜਾਏ ਮੋਦੀ ਸਰਕਾਰ ਦੀ ਗੋਡੀ ਲਵਾ ਕੇ ਛੱਡਾਂਗੇ ਤਾਂ ਹੁਣ ਤੇ ਲੱਤ ਧਰ ਕੇ ਛੱਡਾਂਗੇ ਅਸੀਂ ਮੋਦੀ ਸਰਕਾਰ ਵੱਲੋਂ ਜਿਹੜੇ ਕਿਸਾਨ ਮਾਰੂ ਆਰਡੀਨੈਂਸ ਜਾਰੀ ਕੀਤੇ ਹੋਏ ਨੇ ਜਿਹਨਾਂ ਦੇ ਬਿੱਲਾਂ ਨੇ ਪਾਸ ਕਰਤੇ ਨੇ ਇਹਨਾਂ ਤੋਂ ਅਸੀਂ ਮਤਲਬ ਪਹਿਲਾਂ ਪਿੰਡਾਂ 'ਚ ਉਹ ਕੀਤਾ ਉਸ ਤੋਂ ਬਾਅਦ ਅਸੀਂ ਪਟਿਆਲੇ ਕੀਤਾ ਉਸ ਤੋਂ ਬਾਅਦ ਫਿਰ ਹੁਣ ਰੇਲਾਂ 'ਤੇ ਸਾਹਲੀ ਕੀਤਾ ਉਸ ਤੋਂ ਬਾਅਦ ਹੁਣ ਅੱਕ ਕੇ ਹੁਣ ਇਹ ਜਿਹੜੇ ਅਬਾਨੀ ਡਾਨੀ ਜਿਹੜੀ ਕੰਪਨੀ ਹੁਣ ਸਾਡੇ ਕੋਲ ਭੇਜੀਆਂ ਨੇਗੀਆਂ ਆਹ ਪਟਰੋਲਾਈਸ ਪੰਪ ਹੋਏ ਜਾਂ ਹੋਰ ਜਿਹੜੇ ਆਪਣੇ ਦੂਜੇ ਆਪਣੇ ਮੌਲ ਵਗੈਰਾ ਹੋਏ ਟੂਲ ਪਲਾਜ਼ਾ ਵਗੈਰਾ ਜਿਹਨਾਂ ਪਾ ਕੇ ਇੱਥੇ ਕੰਪਨੀ ਲਏ ਨੇ ਅਸੀਂ ਇਹਨਾਂ ਦੇ ਹੁਣ ਅੱਕ ਕੇ ਇਹਨਾਂ ਉੱਪਰ ਆ ਗਏ ਸਾਨੂੰ ਮਤਲਬ ਇੰਨੇ ਮਤਲਬ ਹੁਣ ਤੱਕ ਇਹ ਜਿਹੜਾ ਮੋਦੀ ਸਰਕਾਰ ਸਾਨੂੰ ਜਾਣ ਬੁੱਝ ਕੇ ਸਾਨੂੰ ਤੜਫਾ ਰਹੀ ਹੈ ਇਹ ਜ਼ਿਮੀਂਦਾਰ ਨੂੰ ਬਹੁਤ ਮਜ਼ਬੂਰ ਕਰ ਰਹੀ ਹੈ ਇਹਦੇ ਇੱਥੇ ਇੰਨੇ ਅੱਗੇ ਵਧਾਉਣ ਵਾਸਤੇ ਅਸੀਂ ਜਿੰਨਾ ਚਿਰ ਸਾਡੇ ਜਿਹੜੇ ਆਰਡੀਐਸ ਨੇ ਜਿਹੜੇ ਬਿੱਲ ਨੇ ਇਹ ਜਿਹੜੇ ਵਾਪਸ ਨਹੀਂ ਲੈਂਦੇ ਹੈਗੇ ਵਾਪਸ ਲੈ ਜਾਂਦੇ ਉਹਨਾਂ ਚਿਰ ਅਸੀਂ ਸਾਡੇ ਅਣਮਿਤ ਸਮੇਂ ਲਈ ਇਹ ਸਾਡੇ ਸੰਘਰਸ਼ ਜਾਰੀ ਹੋਊਗਾ ਜਿੰਨਾ ਚਿਰ ਸਾਡੇ ਸਾਰੇ ਇਹ ਜਿਹੜੇ ਆਰਡੀਐਸ ਨੇ ਕਾਲੇ ਕਾਨੂੰਨ ਜਿਹੜੇ ਵਾਪਸ ਸਰਕਾਰ ਨਹੀਂ ਲੈ ਜਾਂਦੀ ਇਸ ਤੋਂ ਤੱਕ ਸਾਡਾ ਸੰਘਰਸ਼ ਇਹ ਸਾਡੇ ਅੰਦੋਲਨ ਜਾਰੀ ਰਹਿਣਗੇ।